ਅੱਜ ਗੱਲ ਕਰਨੀ ਹੈ ਕੈਨੇਡਾ ਅਤੇ ਅਮੈਰੀਕਾ ਦਾ ਜੋ ਸਾਡੇ ਪੰਜਾਬੀਆਂ ਤੋਂ ਮੋਹ ਭੰਗ ਹੋ ਰਿਹਾ। ਕੈਨੇਡਾ ਅਤੇ ਅਮੈਰੀਕਾ ਨੇ ਲਗਭਗ ਅਸੀਂ ਇਹ ਕਹਿ ਲਈਏ ਕਿ ਮੈਕਸੀਮਮ ਟੂ ਮੈਕਸੀਮਮ ਨਵੇਂ ਆਉਣ ਵਾਲੇ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਆ, ਕਿਉਂਕਿ ਇਹਨਾਂ ਸ਼ਹਿਰਾਂ ਦੇ ਨਾਲ ਇਹਨਾਂ ਕੰਟਰੀਜ਼ ਦੇ ਨਾਲ ਸਾਡਾ ਸ਼ੁਰੂ ਤੋਂ ਹੀ ਪਿਆਰ ਰਿਹਾ। ਔਰ ਮੇਰੇ ਖਿਆਲ 'ਚ ਜਿਸ ਤਰ੍ਹਾਂ ਕਦੇ ਪੰਜਾਬ ਸਿੰਘ ਨਾਮ ਪੰਜਾਬ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਜਾਂਦਾ ਸੀ, ਇਸੇ ਤਰ੍ਹਾਂ ਹੀ ਅਮਰੀਕ ਸਿੰਘ ਨਾਮ ਅਮਰੀਕਾ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਜਾਂਦਾ ਸੀ। ਅਤੇ ਕੈਨੇਡਾ ਅਮੈਰੀਕਾ ਜਿਹੜੇ ਇਹ ਰੀਅਲੀ ਬਹੁਤ ਵਧੀਆ ਕੰਟਰੀ ਹੈ। ਅਤੇ ਵਧੀਆ ਕੰਟਰੀ ਕਿਉਂ ਨੇ? ਉਹਦੇ ਪਿੱਛੇ ਦਾ ਕਾਰਨ ਇਹ ਹੈ ਕਿ ਇਹ ਕੰਟਰੀ ਜਾਤਾਂ ਧਰਮਾਂ ਇਹਨਾਂ ਸਭ ਵਿਤਕਰਿਆਂ ਤੋਂ ਉੱਪਰ ਉੱਠ ਕੇ ਜਿਹੜਾ ਹੈ ਉਹ ਸਾਰਿਆਂ ਲੋਕਾਂ ਨੂੰ ਬਰਾਬਰ ਦੇ ਹੱਕ ਦਿੰਦੇ ਆ। ਇੱਥੇ ਆ ਕੇ ਤੁਹਾਨੂੰ ਇੱਕ ਆਜ਼ਾਦੀ ਦਾ ਅਹਿਸਾਸ ਹੁੰਦਾ ਹੈ। ਇੱਥੇ ਹਰ ਕੋਈ ਜਿੱਥੇ ਆਪਣੀ ਧਾਰਮਿਕ ਆਜ਼ਾਦੀ ਮਾਣ ਸਕਦਾ ਹੈ, ਉਹਦੇ ਨਾਲ ਨਾਲ ਕੋਈ ਵੀ ਬੰਦਾ ਹੈ ਜਿਹੜਾ ਉਹ ਦੂਸਰੇ ਦੇ ਧਰਮ, ਦੂਸਰੇ ਦੇ ਕੰਮਾਂ, ਦੂਸਰੇ ਦੀ ਭਾਸ਼ਾ, ਦੂਸਰੇ ਦੀ ਜਾਤ ਪਾਤ ਵਿੱਚ ਕਿਤੇ ਵੀ ਦਖਲ ਨਹੀਂ ਦਿੰਦਾ ਔਰ ਹਰ ਇਨਸਾਨ ਦਾ ਵਾਸਤਾ ਸਿਰਫ ਆਪਣੇ ਕੰਮਾਂ ਦੇ ਨਾਲ ਹੁੰਦਾ ਹੈ। ਹੁਣ ਜਦੋਂ ਅਸੀਂ ਇਹ ਗੱਲ ਤੇ ਸਾਡੇ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਹੋਰ ਜਗ੍ਹਾ 'ਤੇ ਇਹ ਚੀਜ਼ਾਂ ਨਹੀਂ ਹੁੰਦੀਆਂ, ਫਿਰ ਇੱਥੋਂ ਦੀ ਇੱਕ ਹੋਰ ਵੀ ਚੀਜ਼ ਹੈ, ਇੱਥੇ ਹਰ ਇੱਕ ਬੰਦੇ ਨੂੰ ਗੱਲ ਕਰਨ ਦਾ, ਆਪਣੇ ਵਿਚਾਰ ਰੱਖਣ ਦੀ ਖੁੱਲ੍ਹ ਤਾਂ ਹੈ, ਪਰ ਹਿੰਸਾ ਦੇ ਵਾਸਤੇ ਜਾਂ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਾਸਤੇ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ ਕੋਈ ਥਾਂ ਨਹੀਂ ਹੈ। ਪਰ ਅਸੀਂ ਪੰਜਾਬੀ ਲੋਕ ਹੈ ਜਿਹੜੇ ਨਾ, ਅਸੀਂ ਜਦੋਂ ਵੀ ਕਿਸੇ ਕੰਟਰੀ ਵੱਲ ਆਉਂਦੇ ਹਾਂ ਤਾਂ ਅਸੀਂ ਆਪਣਾ ਸੁਭਾਅ ਵੀ ਉੱਥੋਂ ਵਾਲਾ ਨਾਲ ਹੀ ਲੈ ਕੇ ਆ ਜਾਂਦੇ ਹਾਂ, ਜਿਹੜੇ ਸੁਭਾਅ ਦੇ ਵਿੱਚ ਕਿਸੇ ਵੀ ਕਾਨੂੰਨ ਨੂੰ ਜਿਹੜਾ ਹੈ ਉਹ ਵਾਇਲੈਂਟ ਕਰਨਾ, ਕਿਸੇ ਵੀ ਜਗ੍ਹਾ 'ਤੇ ਜਾ ਕੇ ਅਸੀਂ ਇਹ ਕਹਿ ਲਈਏ ਕਿ ਨੁਕਸਾਨ ਕਰਨਾ, ਉਹ ਸਾਰੀਆਂ ਚੀਜ਼ਾਂ ਸਾਡੇ ਕਈ ਵਾਰ ਸੁਭਾਅ 'ਚ ਹੁੰਦੀਆਂ, ਖਾਸ ਕਰਕੇ ਜੋ ਨਵੇਂ ਇੱਧਰ ਆਉਂਦੇ ਆ ਉਹਨਾਂ ਨੂੰ ਇੱਥੋਂ ਦੇ ਕਾਨੂੰਨਾਂ ਦਾ ਪਤਾ ਨਹੀਂ ਹੁੰਦਾ। ਪੰਜਾਬ ਦੇ ਵਿੱਚੋਂ ਆਉਣ ਵਾਲਿਆਂ ਨੌਜਵਾਨਾਂ ਨੇ ਇੱਥੇ ਆ ਕੇ ਕੁਝ ਇਹੋ ਜਿਹੇ ਕੰਮ ਕੀਤੇ ਅਤੇ ਇੰਨੀ ਜ਼ਿਆਦਾ ਵੱਡੀ ਗਿਣਤੀ 'ਚ ਉਹ ਆ ਗਏ ਕਿ ਉਸ ਤੋਂ ਬਾਅਦ ਇੱਧਰ ਸਾਰੀਆਂ ਹੀ ਲਗਭਗ ਗੜਬੜਾਂ ਪੈਦਾ ਹੋ ਗਈਆਂ। ਉਸ ਕਰਕੇ ਕਿਸੇ ਵੀ ਕੰਟਰੀ ਦੀ, ਕਿਸੇ ਵੀ ਸਟੇਟ ਦੀ, ਕਿਸੇ ਵੀ ਸਿਟੀ ਦੀ ਇੱਕ ਕਪੈਸਿਟੀ ਹੁੰਦੀ ਹੈ ਕਿ ਕਿੰਨੇ ਲੋਕਾਂ ਨੂੰ ਅਕੋਮੋਡੇਟ ਉੱਥੇ ਕੀਤਾ ਜਾ ਸਕਦਾ ਹੈ। ਸਪੋਜ਼ ਮੈਂ ਇਹ ਗੱਲ ਕਰਾਂ ਕਿ ਸਾਡੇ ਘਰ ਦੇ ਵਿੱਚ ਸਿਰਫ 5 ਮਹਿਮਾਨਾਂ ਨੂੰ ਅਕੋਮੋਡੇਟ ਕਰਨ ਦੀ ਜਿਹੜੀ ਹੈ ਉਹ ਕਪੈਸਿਟੀ ਹੈ। ਇਹ ਜੀ ਟ੍ਰੇਨ ਮੇਰੇ ਬਿਲਕੁਲ ਲਾਗੋਂ ਦੀ ਜਾ ਰਹੀ ਹੈ, ਤੁਸੀਂ ਇਹ ਟ੍ਰੇਨ ਵੀ ਦੇਖੋ, ਇਹ ਹੈ ਜੀ ਕੈਨੇਡਾ ਦੀ ਟ੍ਰੇਨ, ਕੋਲੋਂ ਦੀ ਲੰਘ ਕੇ ਗਈ। ਇਹ ਪਾਰਕ, ਇੱਥੋਂ ਦਾ ਫਾਟਕ ਜਿਹੜਾ ਅਲਾਰਮ ਦੇ ਨਾਲ ਬੰਦ ਹੋਇਆ ਸੀ ਅਤੇ ਹੁਣ ਇਹ ਉੱਪਰ ਹੋ ਗਿਆ। ਅਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਇੱਥੋਂ ਦੇ ਜਿਹੜਾ ਹੈਗਾ ਵਾ ਉਹ ਕਪੈਸਿਟੀ ਦੀ, ਹੁਣ ਇਹਨਾਂ ਕੰਟਰੀਜ਼ ਦੇ ਵਿੱਚ ਜੋ ਇਨਫਰਾਸਟ੍ਰਕਚਰ ਬਣਿਆ ਹੋਇਆ ਸੀ ਉਹ ਬਹੁਤ ਹੀ ਥੋੜ੍ਹੇ ਜਿਹੇ ਲੋਕਾਂ ਲਈ ਬਣਿਆ ਸੀ। ਅਸੀਂ ਇਹ ਕਹਿ ਲਈਏ ਕਿ ਜਿਹੜੀ ਇੱਥੋਂ ਦੀਆਂ ਮੂਲ ਪੁਰਾਣੀਆਂ ਰਹਿਣ ਵਾਲੀਆਂ ਕਮਿਊਨਿਟੀਜ਼ ਹੈ ਉਹਨਾਂ ਦੇ ਵਾਸਤੇ। ਪਰ ਫਿਰ ਕੀ ਹੋਇਆ ਕਿ ਇਸ ਜਗ੍ਹਾ 'ਤੇ ਸਾਡੇ ਜਦੋਂ ਪੰਜਾਬੀਆਂ ਨੂੰ ਖਾਸ ਕਰਕੇ ਸਭ ਤੋਂ ਪਹਿਲਾਂ ਇਹ ਪਤਾ ਚੱਲਿਆ
ਕਿ ਕੈਨੇਡਾ ਜਾਓ, 1 ਰੁਪਈਆ ਕਮਾਓ ਅਤੇ ਇੰਡੀਆ ਆ ਕੇ ਉਹਦੇ 60 ਬਣ ਜਾਂਦੇ ਆ। ਜਦੋਂ ਕੈਨੇਡਾ 'ਚ 1000 ਕਮਾ ਲਿਆ ਅਤੇ ਇੰਡੀਆ ਆ ਕੇ 1000 ਦਾ 60000 ਆਰਾਮ ਦੇ ਨਾਲ ਬਣ ਜਾਣਾ। ਇਸ ਤਰ੍ਹਾਂ ਲੋਕਾਂ ਨੇ ਇਸ ਸਿਟੀ ਦੇ ਵੱਲ, ਇਸ ਕੰਟਰੀ ਦੇ ਵੱਲ ਆਉਣਾ ਸ਼ੁਰੂ ਕਰ ਦਿੱਤਾ। ਫਿਰ ਜਦੋਂ ਆਉਣ ਲੱਗੇ, ਕਿਉਂਕਿ ਅਸੀਂ ਪੰਜਾਬੀ ਅਤੇ ਉਹ ਲੋਕ ਹੈ ਜਿਹੜਾ ਕੰਮ ਇੱਕ ਜਣਾ ਕਰਦਾ ਹੈ, ਫਿਰ ਉਹ ਕੰਮ ਅਸੀਂ ਉਦੋਂ ਤਾਂ ਹੀ ਕਰਦੇ ਰਹਿੰਦੇ ਹਾਂ ਜਦੋਂ ਤਾਂ ਹੀ ਉਸ ਕੰਮ ਦਾ ਬਿਲਕੁਲ ਸੱਤਿਆਨਾਸ਼ ਨਾ ਹੋ ਜਾਵੇ ਜਾਂ ਭੱਠਾ ਨਾ ਬਹਿ ਜਾਵੇ। ਇਹ ਅਸੀਂ ਪੰਜਾਬ ਦੇ ਵਿੱਚ ਵੀ ਚੀਜ਼ਾਂ ਕੀਤੀਆਂ, ਕਿਉਂਕਿ ਸਾਡੇ ਕੋਲ ਮੌਲਿਕ ਸੋਚ ਨਹੀਂ ਹੁੰਦੀ, ਅਸੀਂ ਦੂਸਰਿਆਂ ਵੱਲ ਵੇਖ ਕੇ ਹੀ ਕੋਈ ਕੰਮ ਕਰ ਰਹੇ ਹੁੰਦੇ ਹਾਂ। ਅਤੇ ਜਦੋਂ ਦੂਸਰੇ ਵੱਲ ਵੇਖ, ਉਸ ਕੰਮ ਦੇ ਵਿੱਚ ਫਿਰ ਕੰਪੀਟੀਸ਼ਨ ਵੀ ਬਹੁਤ ਵੱਧ ਜਾਏਗਾ, ਕਿਉਂਕਿ ਭੁੱਖਾ ਮਰਦਾ ਕੀ ਨਹੀਂ ਕਰਦਾ ਵਾਲੀ ਗੱਲ ਹੁੰਦੀ ਹੈ। ਨਤੀਜਾ ਇਹ ਨਿਕਲਿਆ ਕਿ ਇੱਧਰ ਆਉਣ ਵਾਲਿਆਂ ਵੀ ਕੋਈ ਕਸਰ ਬਾਕੀ ਨਾ ਛੱਡੀ, ਹਰ ਕਿਸੇ ਨੇ ਹਰ ਤਰੀਕੇ ਦੇ ਨਾਲ ਕੈਨੇਡਾ ਆਉਣਾ ਸ਼ੁਰੂ ਕੀਤਾ, ਅਮੈਰੀਕਾ ਜਾਣਾ ਸ਼ੁਰੂ ਕੀਤਾ। ਇਹਨਾਂ ਕੰਟਰੀਜ਼ ਨੇ ਵੀ ਇੱਕ ਸਸਤੀ ਲੇਬਰ ਦੇਖ ਕੇ ਅਤੇ ਸਾਨੂੰ ਆਪਣੇ ਨਾਲ ਆਉਣ ਲਈ ਵੈਲਕਮ ਕੀਤਾ, ਤਾਂ ਕਿ ਲੇਬਰ ਸਸਤੀ ਮਿਲ ਰਹੀ ਸੀ ਇਹਨਾਂ ਨੂੰ। ਪਰ ਉਹ ਕਹਾਣੀ ਇਹ ਹੋਈ ਕਿ ਇੰਨੇ ਕੁ ਜ਼ਿਆਦਾ ਲੋਕ ਇਸ ਤਰ੍ਹਾਂ ਇੱਧਰ ਆ ਗਏ ਨੇ ਕਿ ਅੱਜ ਜੇ ਮੈਂ ਤੁਹਾਨੂੰ ਮੌਂਟਰੀਅਲ ਦੀ ਗੱਲ ਦੱਸਾਂ ਤਾਂ ਮੌਂਟਰੀਅਲ ਦੇ ਵਿੱਚ ਇਸ ਵੇਲੇ ਜਿਸ ਪਾਸੇ ਵੀ ਦੇਖੋ ਨਾ, ਸਾਡੇ ਜਿਹੜੇ ਲੋਕ ਨੇ ਰਿਫਿਊਜੀ ਰੋਲ ਰਹੇ ਆ, ਇੱਕ ਜਾਂ ਦੋ ਨਹੀਂ, ਮੇਰੇ ਖਿਆਲ 'ਚ ਲੱਖਾਂ ਦੀ ਗਿਣਤੀ 'ਚ ਰਿਫਿਊਜੀ ਇੱਥੇ ਆ। ਔਰ ਲਗਭਗ ਜਿਹੜਾ ਹੈਗਾ, ਥੋੜ੍ਹਾ ਬੰਦਾ ਨਹੀਂ, ਕਰੀਬਨ 29 ਲੱਖ ਬੰਦਾ ਹੈ ਜਿਹੜਾ ਉਹ ਅਮੈਰੀਕਨ ਗੌਰਮੈਂਟ ਨੇ ਕੈਨੇਡਾ ਵੱਲੋਂ ਜਾਂ ਮੈਕਸੀਕੋ ਵੱਲੋਂ ਬਾਰਡਰ ਕ੍ਰੋਸ ਕਰਦਾ ਫੜਿਆ ਹੈ, ਅਤੇ ਜਿਨ੍ਹਾਂ ਦੇ ਵਿੱਚ ਕਰੀਬ 60% ਤੋਂ ਉੱਪਰ ਜਿਹੜੇ ਹੈ ਉਹ ਸਾਡੇ ਪੰਜਾਬੀ ਨੇ। ਮਤਲਬ ਕਿ ਇੱਥੋਂ ਇਹ ਪਤਾ ਚੱਲਿਆ, ਫਿਰ ਇੱਥੇ ਕੈਨੇਡਾ ਆਉਣ ਵਾਲੇ ਜਿੰਨੇ ਵੀ ਵਿਜ਼ਟਰ ਆਏ, ਉਹਨਾਂ ਸਾਰੇ ਵਿਜ਼ਟਰਸ ਨੇ ਇੱਥੇ ਆ ਕੇ ਅਸਾਈਲਮ ਲਗਾ ਦਿੱਤੀ। ਜਦਕਿ ਉਹਨਾਂ ਨੇ ਜਦੋਂ ਇੰਡੀਆ ਦੇ ਵਿੱਚ ਆਪਣਾ ਵੀਜ਼ੇ ਦੇ ਵਾਸਤੇ ਅਪਲਾਈ ਕੀਤਾ ਸੀ, ਉਦੋਂ ਜਿਹੜਾ ਫਾਰਮ ਭਰਿਆ ਸੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਇੰਡੀਆ 'ਚ ਸਾਡੇ 'ਤੇ ਕੋਈ ਕੇਸ ਨਹੀਂ, ਸਾਡਾ ਰਿਕਾਰਡ ਬੜਾ ਸਾਫ਼ ਹੈ, ਸਾਨੂੰ ਇੰਡੀਆ 'ਚ ਕੋਈ ਖਤਰਾ ਨਹੀਂ, ਅਸੀਂ ਵਾਪਸ ਇੰਡੀਆ ਮੁੜਾਂਗੇ। ਪਰ ਇੱਥੇ ਆਉਂਦਿਆਂ ਹੀ ਉਹਨਾਂ ਨੇ ਖਾਲਿਸਤਾਨ ਜਾਂ ਹੋਰ ਅਨੇਕਾਂ ਹੀ ਤਰ੍ਹਾਂ ਦੇ ਝੂਠੇ ਸੱਚੇ ਮੁੱਦੇ ਘੜ ਲਏ, ਜਿਸ ਤੋਂ ਇੱਥੋਂ ਦੇ ਲੋਕਾਂ 'ਚ ਸਾਡਾ ਇੰਪ੍ਰੈਸ਼ਨ ਇਹ ਚਲਾ ਗਿਆ ਕਿ ਪੰਜਾਬੀ ਲੋਕ ਹੈ ਜਿਹੜੇ, ਸਿੱਖ ਲੋਕ ਹੈ, ਇਹ ਬਹੁਤ ਝੂਠੇ ਅਤੇ ਮੌਕਾ ਪ੍ਰਸਤ ਹੁੰਦੇ ਆ, ਬੜੇ ਚਲਾਕ ਹੁੰਦੇ ਆ, ਔਰ ਇਹਨਾਂ ਲੋਕਾਂ ਨੇ ਸਾਡੀਆਂ ਜੌਬਸ ਇੱਧਰ ਖੋਲ੍ਹੀਆਂ ਹੋਈਆਂ, ਇਸ ਕਰਕੇ ਇੱਥੋਂ ਦੀਆਂ ਲੋਕਲ ਕਮਿਊਨਿਟੀਜ਼ ਦੇ ਵਿੱਚ ਵੀ ਨਫ਼ਰਤ ਵਧਣਾ ਸੁਭਾਵਿਕ ਸੀ। ਉਸੇ ਨਫ਼ਰਤ ਦਾ ਨਤੀਜਾ ਇਹ ਹੋਇਆ ਕਿ ਸਰਕਾਰਾਂ ਦੇ ਉੱਪਰ ਐਸਾ ਜਿਹੜਾ ਉਹ ਦਬਾਅ ਬਣਿਆ ਕਿ ਹੁਣ ਜਿਹੜੀਆਂ ਸਰਕਾਰਾਂ ਨੇ ਉਹ ਕੈਨੇਡਾ ਦੇ ਬੂਹੇ ਸਾਡੇ ਲਈ, ਅਸੀਂ ਇਹ ਸਮਝ ਲਈਏ ਕਿ ਬੰਦ ਕਰ ਚੁੱਕੀਆਂ। ਕੈਨੇਡਾ ਹੀ ਨਹੀਂ, ਅਮੈਰੀਕਾ ਨੇ ਤਾਂ ਵੈਸੇ ਬਹੁਤ ਪਹਿਲਾਂ ਤੋਂ ਹੀ ਦਰਵਾਜ਼ੇ ਬੰਦ ਕੀਤੇ ਸੀ, ਚੋਰ ਦਰਵਾਜ਼ਿਆਂ ਰਾਹੀਂ ਉੱਧਰ ਜਾ ਰਹੇ ਸੀ, ਪਰ ਹੁਣ ਕੈਨੇਡਾ ਦੇ ਦਰਵਾਜ਼ੇ ਵੀ ਬੰਦ ਹੋ ਗਏ ਆ। ਇੱਥੋਂ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹੈ ਉਹ ਜਹਾਜ਼ਾਂ 'ਤੇ ਚੜ੍ਹਾ ਕੇ ਵਾਪਸ ਭੇਜਣ ਦੀਆਂ ਤਿਆਰੀਆਂ ਜਿਹੜੀਆਂ ਉਹ ਲਗਭਗ ਮੈਨੂੰ ਲੱਗਦਾ ਮੁਕੰਮਲ ਹੈ,
ਤੇ ਜਿਹੜੇ ਹੁਣ ਇੰਡੀਆ ਤੋਂ ਆਉਣ ਵਾਲੇ ਆ ਸੋਚਦੇ ਸੀ ਆਸਾਨੀ ਦੇ ਨਾਲ ਟੂਰਿਸਟ ਵੀਜ਼ੇ ਤੇ ਚਲੇ ਜਾਵਾਂਗੇ ਤੇ ਉੱਥੇ ਜਾ ਕੇ ਅਸਾਈਲਮ ਲਗਾ ਲਵਾਂਗੇ, ਉਹਨਾਂ ਦੇ ਵੀ ਦਰਵਾਜ਼ੇ ਆ ਜਿਹੜੇ ਉਹ ਅਸੀਂ ਇਹ ਸਮਝ ਲਈਏ ਕਿ ਹੁਣ ਬੰਦ ਹੋ ਚੁੱਕੇ ਆ। ਤੇ ਇਸ ਲਈ ਮਿੱਤਰੋ ਅੱਗੇ ਤੋਂ ਜਿਹੜਾ ਵੀ ਬੰਦਾ ਇਹਨਾਂ ਕੰਟਰੀ 'ਚ ਆਉਣਾ ਚਾਹੁੰਦਾ ਹੈ ਉਹ ਸੋਚ ਸਮਝ ਕੇ ਆਇਓ ਜੀ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋਵੇਗਾ। ਅਤੇ ਮੈਂ ਇੱਕ ਗੱਲ ਹੋਰ ਦੱਸ ਦੇਵਾਂ ਜਿਸ ਦੇ ਨਾਲ ਮੈਨੂੰ ਪਤਾ ਹੈ ਕਿ ਸਾਡੇ ਪੰਜਾਬੀਆਂ ਨੇ ਸਹਿਮਤ ਨਹੀਂ ਹੋਣਾ, ਕਿਉਂਕਿ ਪੰਜਾਬੀ ਹੁੰਦੇ ਆ ਨਾ ਜਿਹੜੇ ਇਹ ਲਕੀਰ ਦੇ ਫਕੀਰ ਹੁੰਦੇ ਆ, ਕਿਉਂਕਿ ਮੈਂ ਖੁਦ ਪੰਜਾਬੀ ਹੋਣ ਦੇ ਨਾਤੇ ਜਾਣਦਾ, ਕੋਈ ਨਵੀਂ ਗੱਲ ਕੋਈ ਨਵਾਂ ਆਈਡੀਆ ਕੋਈ ਨਵੀਂ ਸੋਚ ਜਦੋਂ ਇਹਨਾਂ ਨੂੰ ਦੱਸੀ ਜਾਂਦੀ ਹੈ ਨਾ ਤਾਂ ਉਸ ਨੂੰ ਐਕਸੈਪਟ ਕਰਨਾ ਪੰਜਾਬੀਆਂ ਨੇ ਆਪਣੇ ਸੁਭਾਅ ਦੇ ਵਿੱਚ ਨਹੀਂ ਲਿਖਿਆ। ਪਰ ਜੇ ਸਹੀ ਗੱਲ ਪੁੱਛੀ ਜਾਏ ਤਾਂ ਮੈਂ ਜਿੰਨਾ ਇੰਡੀਆ ਨੂੰ ਚੰਗੀ ਤਰ੍ਹਾਂ ਜਾਣਦਾ, ਇੰਡੀਆ ਦੇ ਵਿੱਚ ਜੇ ਤੁਸੀਂ ਪੰਜਾਬ ਨੂੰ ਛੱਡ ਕੇ ਪੰਜਾਬ ਤੋਂ ਬਾਹਰ ਨਿਕਲੋਗੇ ਤਾਂ ਰੁਜ਼ਗਾਰ ਦੇ ਸਕੋਪ ਘੱਟ ਨਹੀਂ, ਬਹੁਤ ਜ਼ਿਆਦਾ ਸਕੋਪ ਨੇ, ਔਰ ਪੰਜਾਬ ਤੋਂ ਬਾਹਰ ਜਾ ਕੇ ਵੀ ਤੁਸੀਂ ਬਹੁਤ ਕੁਛ ਕਰ ਸਕਦੇ ਹੋ। ਪਰ ਗੱਲ ਵਿੱਚੋਂ ਇਹ ਹੈ ਕਿ ਅਸੀਂ ਹੀ ਨਹੀਂ ਹੁੰਦਾ, ਅਸੀਂ ਸਿਰਫ ਤੇ ਸਿਰਫ ਜਿਹੜਾ ਆਪਣੇ ਹੀ ਥਾਵਾਂ 'ਤੇ ਰਹਿ ਕੇ ਆਪਣੇ ਹੀ ਤਰੀਕੇ ਦੇ ਨਾਲ ਜਿਹੜਾ ਰਹਿਣਾ ਹੁੰਦਾ ਹੈ, ਕਿਉਂਕਿ ਪੰਜਾਬੀਆਂ ਨੂੰ ਜਿੰਨਾ ਮਰਜ਼ੀ ਕੁਛ ਨਵਾਂ ਕਰਨ ਲਈ ਕਹੀ ਜਾਓ ਨਹੀਂ ਕਰਨਗੇ। ਹੁਣ ਵੀ ਤੁਸੀਂ ਉਹਨਾਂ ਨੂੰ ਕਹੋ ਨਾ ਕਿ ਝੋਨਾ ਲਾਉਣਾ ਛੱਡ ਕੇ ਹੋਰ ਫਸਲਾਂ ਬੀਜਣੀਆਂ ਸ਼ੁਰੂ ਕਰ ਦਿਓ ਅਤੇ ਉਹ ਕਹਿਣਗੇ ਤੁਸੀਂ ਕੋਈ ਜ਼ਿਆਦਾ ਸਿਆਣੇ ਹੋ, ਸਾਨੂੰ ਪਤਾ ਹੈ ਅਸੀਂ ਜੋ ਕਰਦੇ ਹਾਂ ਠੀਕ ਕਰਦੇ ਹਾਂ। ਜੇ ਤੁਸੀਂ ਪੰਜਾਬੀਆਂ ਨੂੰ ਇਹ ਕਹੋ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚ ਰੁੱਖ ਲਗਾਉਣੇ ਹੋਰ ਚੀਜ਼ਾਂ ਸ਼ੁਰੂ ਕਰ ਦਿਓ ਤਾਂ ਨਹੀਂ ਕਰਨਗੇ। ਸਾਡੇ ਪੰਜਾਬ ਦੇ ਖੇਤਾਂ ਦੇ ਵਿੱਚ ਪਿੰਡਾਂ ਦੇ ਵਿੱਚ ਜ਼ਮੀਨ ਦਾ ਤਾਂ ਕੋਈ ਘਾਟਾ ਨਹੀਂ, ਪਰ ਮੈਨੂੰ ਜ਼ਰਾ ਦੱਸਿਓ ਟੀਕੇ ਦੇ ਵੱਡੇ ਵੱਡੇ ਪਾਰਕ ਕਿੰਨੇ ਕੁ ਸਾਨੂੰ ਉੱਥੇ ਮਿਲਦੇ ਆ ਪਿੰਡਾਂ ਦੇ ਵਿੱਚ, ਜਿੱਥੇ ਇਸ ਤਰ੍ਹਾਂ ਬੱਚੇ ਖੇਡਦੇ ਹੋਣ, ਲੋਕ ਆ ਕੇ ਬੈਠਦੇ ਹੋਣ, ਕੁਝ ਸਮਾਂ ਜਿਸ ਜਗ੍ਹਾ ਤੇ ਬੈਠਣਾ ਹੋਵੇ। ਇਹ ਸਾਰੇ ਦੇ ਸਾਰੇ ਕੰਮ ਜੇ ਅਸੀਂ ਕਰੀਏ ਤੇ ਅਸੀਂ ਪੰਜਾਬ ਨੂੰ ਵੀ ਜਿਹੜਾ ਹੈ ਉਹ ਸੋਹਣਾ ਸੁਚੱਜਾ ਬਣਾ ਸਕਦੇ ਹਾਂ ਤੇ ਪੰਜਾਬ ਦੇ ਵਿੱਚ ਰਹਿ ਕੇ ਵੀ ਤਰੱਕੀ ਦੇ ਬਹੁਤ ਸਾਰੇ ਮੌਕੇ ਆ ਉਹ ਅਸੀਂ, ਤੇ ਜੇ ਅਸੀਂ ਬਾਹਰ ਆਉਣ ਦੀ ਗੱਲ ਕਰਾਂਗੇ ਤੇ ਮੈਂ ਇੱਥੋਂ ਤਾਂ ਹੀ ਕਹਿ ਦਿੰਦਾ ਕਿ ਇਹਨਾਂ ਕੰਟਰੀਜ਼ ਦੇ ਵਿੱਚ ਮੈਂ ਰੁਲਦੇ ਦੇਖਿਆ ਜੋ ਬੜੇ ਬੁਰੀ ਤਰ੍ਹਾਂ ਸਾਡੇ ਲੋਕ ਰੁਲ ਰਹੇ ਆ। ਇੱਕ ਮਾਤਾ ਮੈਂ ਇਸ ਤਰ੍ਹਾਂ ਦੀ ਦੇਖੀ ਹੈ ਜਿਹੜੀ ਰਾਤ ਵਿਚਾਰੀ 70-80 ਸਾਲ ਉਸ ਮਾਤਾ ਦੀ ਉਮਰ ਹੈ, 80 ਸਾਲ ਰਾਤ ਨੂੰ ਉਹ ਸੜਕ ਤੇ ਰੋਡ ਤੇ ਸੌਂਦੀ ਹੈ ਜਦੋਂ ਗੁਰਦੁਆਰਾ ਸਾਹਿਬ ਬੰਦ ਹੁੰਦਾ ਤੇ ਜਦੋਂ ਗੁਰਦੁਆਰਾ ਸਾਹਿਬ ਖੁੱਲਦਾ ਉਸ ਵੇਲੇ ਉਹ ਗੁਰਦੁਆਰਾ ਸਾਹਿਬ 'ਚ ਆ ਜਾਂਦੀ ਹੈ, ਉੱਥੋਂ ਹੀ ਰੋਟੀ ਖਾਂਦੀ ਹੈ। ਔਰ ਉਸ ਮਾਤਾ ਦੇ ਕੋਲ ਜਿਹੜਾ ਮੈਂ ਕੰਬਲ ਦੇਖਿਆ ਉਹ ਕੰਬਲ ਵੀ ਇੱਥੋਂ ਦੀ ਠੰਡ ਦੇ ਵਿੱਚ ਲੈਣ ਵਾਲਾ ਨਹੀਂ ਹੈ, ਉਹਦੇ ਕੋਲ ਕੋਈ ਇਹੋ ਜਿਹੀ ਜਗ੍ਹਾ ਵੀ ਨਹੀਂ ਕਿ ਜਿਸ ਜਗ੍ਹਾ 'ਤੇ ਉਹ ਨਹਾ ਸਕੇ ਜਾਂ ਆਪਣੇ ਕੱਪੜੇ ਧੋ ਸਕੇ। ਇੰਨੀਆਂ ਵੱਡੀਆਂ ਮੁਸ਼ਕਲਾਂ ਲੋਕ ਇੱਥੇ ਪਤਾ ਨਹੀਂ ਕਿਉਂ ਆ ਕੇ ਚੱਲ ਰਹੇ ਆ। ਸਾਡੇ ਜਿਹੜੇ ਹੋਰ ਵੀ ਮੈਂ ਲੋਕ ਦੇਖਦਾ ਹਾਂ ਉਹਨਾਂ ਦੀ ਜਦੋਂ ਤੁਸੀਂ ਡਰੈਸ ਅਪ ਦੇਖੋਗੇ ਤਾਂ ਉਹ ਵੀ ਬੜਾ ਬੁਰਾ ਹੈ, ਮਤਲਬ ਕਿ ਉਸ ਨੂੰ ਦੇਖ ਕੇ ਐਵੇਂ ਲੱਗਦਾ ਕਿ ਜਿਸ ਤਰ੍ਹਾਂ ਬਿਹਾਰ ਦੇ ਬਈਆਂ ਦਾ ਪੰਜਾਬ ਦੇ ਵਿੱਚ ਰਹਿਣ ਸਹਿਣ ਹੁੰਦਾ ਨਾ, ਬਹੁਤ ਸਾਰੇ ਜਿਹੜੇ ਰਿਫਿਊਜ਼ੀ ਆਏ ਆ ਸਾਰੇ ਤਾਂ ਨਹੀਂ ਪਰ ਬਹੁਤ ਸਾਰਿਆਂ ਦਾ ਰਹਿਣ ਸਹਿਣ ਉਹ ਜਦੋਂ ਬਾਹਰ ਨਿਕਲਦੇ ਆ ਉਹਨਾਂ ਦੇ ਕੱਪੜਿਆਂ ਦੇ ਵਿੱਚੋਂ ਜੋ ਆਉਂਦੀ ਪਸੀਨੇ ਦੀ ਬਦਬੂ ਹੈ ਜਾਂ ਉਹਨਾਂ ਦੇ ਜਿਸ ਤਰ੍ਹਾਂ ਦੀਆਂ ਟੱਠੀਆਂ ਹੋਈਆਂ ਪੱਗਾਂ ਮੈਲੇ
ਕਚੈਲੇ ਕੱਪੜੇ ਉਹ ਸਾਰੇ ਹੀ ਇੱਥੇ ਸਾਨੂੰ ਇਹਨਾਂ ਲੋਕਾਂ ਦੇ ਵਿੱਚ ਨਫ਼ਰਤ ਦਾ ਪਾਤਰ ਬਣਾ ਰਹੇ ਆ। ਅਤੇ ਇੱਥੋਂ ਦੇ ਲੋਕਾਂ ਦੀ ਸੋਚ ਇਹ ਹੋ ਗਈ ਹੈ ਕਿ ਪੰਜਾਬੀ ਹੁੰਦੇ ਆ, ਸਿੱਖ ਹੁੰਦੇ ਨੇ, ਇਹ ਬੜੇ ਡਰਟੀ ਲੋਕ ਹੁੰਦੇ ਆ, ਇਹ ਜਿਹੜੇ ਬੜੇ ਸਟਿੰਕੇ ਹੁੰਦੇ ਨੇ, ਇਹ ਬੜੇ ਇਸ ਤਰ੍ਹਾਂ ਦੀ ਜਿਹੜੀ ਸਾਡੀ ਪ੍ਰੋਬਲਮਸ ਹੈ ਉਹ ਸਾਰੀਆਂ ਚੀਜ਼ਾਂ ਅੱਜ ਸਾਨੂੰ ਕੱਢਣ ਔਰ ਅਸੀਂ ਅਤੇ ਇਸ ਲਈ ਦੋਸਤੋ ਆਪਾਂ ਸਾਰੀਆਂ ਚੀਜ਼ਾਂ ਦੀ ਗੱਲ ਕੀਤੀ ਹੈ, ਨਾਲ ਦੀ ਨਾਲ ਮੈਂ ਤੁਹਾਨੂੰ ਸੈਰ ਵੀ ਕਰਾਈ ਹੈ। ਆਸ ਕਰਦਾ ਇਹ ਗੱਲਾਂ ਜੇ ਚੰਗੀਆਂ ਲੱਗੀਆਂ ਹੋਣ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਆਪਣੇ ਕਮੈਂਟਸ ਰਾਹੀਂ ਰਾਏ ਵੀ ਦੇ ਸਕਦੇ ਹੋ ਅਤੇ ਲਾਈਕ ਵੀ ਕਰ ਸਕਦੇ ਹੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।